ਲਓ ਜੀ ਅਸਲਾਮ ਅਲੈਕੁਮ ਜਨਾਬ ਸਾਡੇ ਨਾਲ ਨੇ ਵੀਰ ਜੀ ਅਜ਼ਰ ਭਾਈ ਇਹ ਖੜੇ ਨੇ ਅਜ਼ਰ ਭਾਈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਅਜ਼ਰ ਭਾਈ ਮਾਸ਼ਾਅੱਲਾ ਅੱਜ ਤੁਸੀਂ ਜਿਹੜੇ ਹੈਗੇ ਨੇ ਮੇਰਾ ਖਿਆਲ ਹੈ ਬੱਕਰਾ ਈਦ ਤੋਂ ਬਾਅਦ ਪਹਿਲੀ ਦਫਾ ਮੰਡੀ ਸਹੀ ਲੱਗੀ ਹੈ ਜਾਨਵਰ ਕੋ ਆਏ ਨੇ ਤੇ ਕਿੰਨੇ ਮਾਸ਼ਾਅੱਲਾ ਜਾਨਵਰ ਆਜ ਕੀ ਤੁਸੀਂ ਲੈ ਕੇ ਆਏ ਜੀ ਮੰਡੀ ਅਸਾਂ ਤਾਂ ਸਿਰਫ ਦੋ ਲੈਣ ਦੇ ਪਿੱਛੇ ਘਰ ਵੇਖ ਨੂੰ ਪੈਂਦੇ ਨੇ ਪਤਾ ਆਪਣੇ ਕੋਲ ਮਾਲ ਚੰਗਾ ਹੁੰਦਾ ਘਰ ਹੀ ਵਿਕ ਜਾਂਦਾ ਸਹੀ ਗੱਲ ਤੇ ਅਜ਼ਰ ਭਾਈ ਕੋ ਨੁਕਰੇ ਸ਼ੁਕਰੇ ਵੀ ਆਪਣੇ ਕੋਲ ਡੇਰੇ ਖੜੇ ਜੀ ਨੁਕਰੇ ਹੈ ਜੀ ਕੋ ਬੱਚੇ ਕੋ ਨੁਕਰੇ ਨੁਕਰੀਆਂ ਹਾਂ ਜੀ ਅੱਛਾ ਤੇ ਹੁਣ ਇਸ ਟਾਈਮ ਤੁਸੀਂ ਜਿਹੜਾ ਸਾਨੂੰ ਜਾਨਵਰ ਤੁਸੀਂ ਦਿਖਾਣ ਲੱਗੇ ਜੀ ਆ ਪੰਜ ਕਲਿਆਣ ਕੋੜੀ ਪੰਜ ਕਲਿਆਣ ਹੈ ਜੀ ਤੇ ਇਹ ਜਨਾਬ ਕਿੰਨੀ ਉਮਰ ਹੈ ਅਜ਼ਰ ਭਾਈ ਦੀ ਉਮਰ ਸ਼ੁਰੂ 4 ਸਾਲ ਹੈ ਜੀ ਅੱਛਾ ਤੇ ਹੱਥ ਪੈਰ ਮਾਸ਼ਾਅੱਲਾ ਸਾਫ ਨੇ ਬਿਲਕੁਲ ਸਾਫ ਤੇ ਕੋਈ ਕਰਤਬ ਕੁਰਤਬ ਕੋ ਫਨ ਫੋਨ ਡਾਂਸ ਸਾਰੀ ਹੈ ਚਿੜੀ ਦੀ ਬਹੁਤ ਅੱਛੀ ਹੈ ਅੱਛਾ ਤੇ ਕਿੰਨੇ ਜਨਾਬ ਇਹਦੇ ਪੈਸੇ 2.5 ਲੱਖ ਰੁਪਏ ਲਓ ਜੀ 2.5 ਲੱਖ ਰੁਪਏ ਮੰਗਦੇ ਜੀ ਦੂਸਰਾ ਕਿਹੜਾ ਜੇ ਆ ਘੋੜਾ ਜੇ ਯਾ ਇਹ ਮੁਸ਼ਕਾ ਤਰਾ ਤਰਾ ਦੋਤੇ ਹੋ ਅੱਛਾ ਲਓ ਜੀ ਆ ਮੁਸ਼ਕਾ ਘੋੜਾ ਜੇ ਅਜ਼ਰ ਦੇ ਕੋਲ ਤੇ ਇਹ ਘੋੜੀ ਤੁਹਾਨੂੰ ਅਸੀਂ ਪਹਿਲਾਂ ਦਿਖਾਈ ਜੇ ਇਹ ਘੋੜੀ ਮਾਸ਼ਾਅੱਲਾ ਤੁਸੀਂ ਵੇਖੋ ਹੱਥ ਪੈਰ ਤੁਹਾਨੂੰ ਦਿਖਾਣੇ ਆ ਕਿ ਇਹ ਹੱਥ ਪੈਰ ਮਾਸ਼ਾਅੱਲਾ ਖੂਬਸੂਰਤ ਔਰ ਪੰਜ ਕਲਿਆਣ ਜਿਹੜੀ ਇਹ ਘੋੜੀ ਹੈਗੀ ਹੈ ਔਰ ਸਾਫ ਸੁਥਰੀ ਹੈ ਔਰ ਅਜ਼ਰ ਭਾਈ ਦਾ ਕਹਿਣਾ ਕਿ ਸਾਡੇ ਜਿਹੜੇ ਜਾਨਵਰ ਨੇ ਜ਼ਿਆਦਾਤਰ ਉਹ ਵਿਕ ਜਾਂਦੇ ਨੇ ਡੇਰੇ ਦੇ ਉੱਤੇ ਹੀ ਇਸ ਲਈ ਜਾਨਵਰ ਜਿਹੜੇ ਨੇ ਸਾਡੇ ਕੋਲ ਇਹਨੇ ਬਚਦੇ ਹੀ ਨਹੀਂ ਕਿ ਅਸੀਂ ਮੰਡੀ ਦਾ ਜਨਾਬ ਰੁਖ ਕਰੀਏ ਤੇ ਅਜ਼ਰ ਭਾਈ ਇਹਦੇ ਕਿੰਨੇ ਪੈਸੇ ਘੋੜੇ ਦੇ ਮੰਗ ਰਹੇ 2 ਲੱਖ ਰੁਪਏ 2 ਲੱਖ ਰੁਪਿਆ ਇਹ ਜੀ ਜ਼ਬਾਜ਼ੀ ਸਾਹਿਬ ਬਾਜੂ ਘੋੜਾ ਵੇ ਇੱਕ ਤੰਗ ਤੇ ਪਾਉਂ 10 ਪਟੀਆਂ ਬਜਾ ਲੈ ਅੱਛਾ ਅਜ਼ਰ ਭਾਈ ਕੋ ਹੋਰ ਬੜੀ ਤੁਹਾਡੇ ਨਾਲ ਇੱਕ ਗੱਲ ਪੁੱਛਣੀ ਸੀ ਮਾਸ਼ਾਅੱਲਾ ਤੁਸੀਂ ਕਾਫੀ ਦੇਰ ਤੋਂ ਇਸ ਕੰਮ ਦੇ ਨਾਲ ਵਪਸਤਾ ਜੇ ਔਰ ਬੜੇ ਮਸ਼ਹੂਰ ਜੇ ਇਸ ਕੰਮ ਦੇ ਵਿੱਚ ਅੱਛਾ ਅਜ਼ਰ ਭਾਈ ਇੱਕ ਨਵਾਂ ਸ਼ੌਕੀਨ ਮੁੰਡਾ ਜਾਂ ਬੰਦਾ ਅਗਰ ਕੋਈ ਜਾਨਵਰ ਮੰਡੀ ਦੇ ਵਿੱਚ ਲੈਣ ਵਾਸਤੇ ਆਉਂਦਾ ਉਹਨੂੰ ਉਂਝ ਤਾਂ ਵੈਸੇ ਤਾਂ ਉਹ ਜਿਹੜਾ ਕੋਈ ਬੰਦਾ ਲੱਭੇਗਾ ਜਾਂ ਕੋਈ ਦਲਾਲ ਲੱਭੇਗਾ ਉਹਨੂੰ ਖੁਦ ਨੂੰ ਕੋਈ ਪਤਾ ਨਹੀਂ ਹੁੰਦਾ ਉਹ ਕਿਹੜੀ ਕਿਹੜੀ ਚੀਜ਼ ਉਹ ਵੇਖੇ ਨਵੇਂ ਜਾਨਵਰ ਦੇ ਵਿੱਚ ਕਿ ਉਹ ਵਿਚਾਰਾ ਠਗੀਜਣ ਤੋਂ ਬਚ ਜਾ ਉਸ ਦੇ ਹੱਥ ਪੈਰ ਵੇਖੇ ਦੂਸਰੇ ਨੰਬਰ ਤੇ ਉਸ ਦੀ ਤੇ ਸਵਾਰੀ ਕਰਾਏ ਤੀਸਰੇ ਨੰਬਰ ਤੇ ਉਸ ਦੀ ਉਮਰ ਵੇਖੇ ਉਸ ਦੇ ਮੁਤਾਬਕ ਮੋੜੋ ਅੱਛਾ ਇਹ ਸਭ ਨਾਲੋਂ ਵੱਡੀ ਤੁਸੀਂ ਗੱਲ ਕੀਤੀ ਜੇ ਉਮਰ ਵਾਲੀ ਹਾਂਜੀ ਉਮਰ ਇੱਥੇ ਜਿਹੜਾ ਵਪਾਰੀ ਵੀ ਪੁੱਛਦਾ ਨਾ ਹਾਂਜੀ ਉਹ ਕਹਿੰਦਾ ਜੀ ਜਾਂ ਤਾਂ 4 ਜਾਂ 5 ਉਹ ਤਾਂ ਤੀਜੇ ਤਾਂ ਤੂੰ ਸਮਝ ਲੱਗੇ ਪਹਾੜਾ ਉਹਨੇ ਪੜਿਆ ਹੀ ਨਹੀਂ ਮੈਂ ਵਿਜ਼ਿਟ ਕਰਕੇ ਵੇਖ ਲਓ ਇੱਥੋਂ ਕੋਈ ਬੰਦੇ ਨੇ ਕੋਈ ਘੋੜਾ ਵੇਖ ਲਓ ਉਹ ਭਾਵੇਂ ਉਹ 10 ਸਾਲ ਦਾ ਉਹ ਕਹਿਣਗੇ ਜੀ 5 ਜੀ ਫਿਰ ਕਹਿਣਗੇ ਸ਼ੁਰੂ 5 ਲੱਗਦਾ ਪਿਆ ਉਹ ਬਾਅਦ ਉਹਨਾਂ ਨੇ 5 ਦੇ ਨੇੜੇ ਨੇੜੇ ਰਹਿਣਾ ਉਸ ਤੋਂ ਉੱਤੇ ਨਹੀਂ ਜਾਣਾ ਤੇ ਨਵਾਂ ਜਿਹੜਾ ਸ਼ੌਕੀਨ ਬੰਦਾ ਉਹਨੂੰ ਹੁਣ ਉਮਰ ਦੇ ਬਾਰੇ 'ਚ ਪਤਾ ਨਹੀਂ ਦੰਦਾਂ ਦੇ ਬਾਰੇ 'ਚ ਪਤਾ ਨਹੀਂ ਉਹ ਕੀ ਵੇਖੇ ਦੰਦਾਂ ਦੇ ਵਿੱਚ ਬੜੀ ਉਮਰ ਦੇ ਉੱਤੇ ਹੀ ਬੰਦਾ ਫਸਦਾ ਜੀ ਉਮਰ ਦੇ ਵਿੱਚ ਇੰਜੇ ਜੀ ਉਹ ਮੂੰਹ ਪੱਟ ਕੇ ਜਦੋਂ ਵੇਖ ਸੀ ਨਾ ਹੁਣ ਤੁਹਾਡੇ ਕੋਲੇ ਆ ਘੋੜੀ ਖੜੀ ਹੈ ਜਰਾ ਤੁਸੀਂ ਪੱਟ ਕੇ ਜਰਾ ਸਾਨੂੰ ਦੱਸੋ ਤੁਸੀਂ ਵੀ ਇਹ ਉਮਰ ਆ ਵੀ ਚੱਕਰ ਇਹ ਖੋਲੀ ਜੀ ਵੇਖ ਲਿਆ ਹੁਣ ਤੁਸੀਂ ਦੱਸੋ ਇਹ ਹੁਣ ਜੀ 5 ਲੱਗਦੀ ਪਈ ਹੈ 5 ਲੱਗਦੀ ਪਈ ਤੁਹਾਨੂੰ ਕਿਵੇਂ ਅੰਦਾਜ਼ਾ ਲੱਗਿਆ ਤੇ ਨਵਾਂ ਬੰਦਾ ਕਿਵੇਂ ਵੇਖੇਗਾ 5 ਲੱਗਦੀ ਪਈ ਦੰਦ ਤਾਂ ਸਾਰੇ ਪੂਰੇ ਨੇ ਦੰਦ ਪੂਰੇ ਨੇ ਇਹ ਮਾਨ ਦੀ ਤੂੰ ਸ਼ਾਹ ਕਢਿੰਦੀ ਪਈ ਹੋ ਸੀ ਸੂਆ ਸੂਆ ਅੱਛਾ ਜਿਹੜੀ ਉਹ ਨਵਾਂ ਕੱਢਦੀ ਪਈ ਸੀ ਉਹ ਐਂ ਸਮਝੋ ਵੀ ਹੁਣ 5 ਲੱਗਦੀ ਇਹ ਨਵਾਂ ਕੱਢਦੀ ਪਈ ਹੈ ਜੀ ਅੱਜ ਪੁਰਾਣਾ ਹੋਵੇ ਇਸ ਦਾ ਮੋੜੋ 8-7 ਸਾਲ ਦੀ ਹੋ ਸੀ ਕੀ ਬਾਤ ਹੈ ਇਹ ਸਭ ਨਾਲੋਂ ਵੱਡੀ ਐਮ ਖੁਸ਼ੀ ਉਹ ਐਮ ਚੀਜ਼ ਹੈ ਇਹ ਵੇਖਣੀ ਚਾਹੀਦੀ ਹੈ ਤੇ ਇਹ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਹਾਂਜੀ ਜਾਨਵਰ ਨੂੰ ਅੱਛੀ ਖੁਰਾਕ ਜਿਹੜੀ ਹੈ ਉਹ ਕੀ ਦਿੱਤੀ ਜਾਵੇ ਲੂਸਾਨ ਛੋਲੇ ਛੋਲੇ ਦਲੀਆ ਮਲੀਆ ਦੁੱਧ ਸ਼ੁੱਧ ਆਪਣਾ ਨੰਬਰ ਜ਼ਰਾ ਸ਼ੇਅਰ ਕਰ ਦਿਓ 3 7 5 3 7 0 3 7 1 4 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
मेहरबानी जनाब, बड़ी मेहरबानी जनाब, थोड़ी शुक्रिया नवाज जी, तुम आए जो तुम इस लायक समझते जे, मैं इज्जत दें जे, अल्लाह ताला तुम्हें इज्जत दे, बड़ी ते जनाब मंडी का कोई जानवर कोई लैन वास्ते आए जी? हाँ जी लिया, लैन आया एक ते ले आए जी, बेचारा लिया एक ता, जब पैसे इतने ज्यादा मांग रहा है कि कुछ ना पूछो, कुछ ना 2 लाख रुपया 11 महीने का बेचारे का। अच्छा ते जेड़ा तुसी लिया जो किने दे लिया? 60 साल लाया है असा लिया जनाब, 31 का 1,30,000 वाला माशाल्लाह खूबसूरत है जी, चूथ वाली। ते एक और लेना चाह रहे जी? जी को लेना, जोड़ा लेना है। ते माशाल्लाह आगे की शौक यानी के आगे नस्ल बढ़ाने दा या निजाबाजी वास्ते? लो जी, कई जगह तो जनाब आए जी? सर कश्मीर डडियाल तो। माशाल्लाह बड़ा सफर है।
सफर करके जो मेरा ख्याल है तुसी रात दे टुरे हो वहां पे रात 12 बजे टुरे हो वहां तो 12 बजे बड़ा सफर किया जनाब वीडियो यूके से देख देख के पटियाला जनाब माशाल्लाह बहुत खुशी वाली गल है जनाब तुसी आए जो तुहाडे आवन दा खुश आमदीद है जनाब असि सलाम करना है जनाब तुहाडी मोहब्बत में बड़ी में बहुत शुक्रिया साडे लाइक बड़ी मेहरबानी बड़ी मेहरबानी छोटू भाई ए हमारा बड़ी मेहर नासर भाई केड़ी जगह तो इंग्लैंड केड़ी जगह तो चूर मार जनाब माशाल्लाह ये भी शौक वाले बंदे गए बड़ी मेहरबानी जनाब बहुत शुक्रिया तुसी आए जे ते एक अगर एक मैं तैनूं कुछ होर दसा हुण सुन दा चल ना समझी हदीस मुबारक मेरे को सुन ला हजूर सल्लल्लाहु अलैहि वसल्लम दी हदीस है कि मेरी उम्मत दे विच एक बंदा ना मेरा उम्मती झूठ मारदा हासे नाल भी और बाद दे विच हस के होवे नहीं तो मैं तो तैनूं आसान वास्ते झूठ मारिया हजूर ने मना फरमाया कि एक धोखा नहीं दिंदा दो काम मेरा उम्मती नहीं करे बस अल्लाह ताला तेरी सार करे ते हासे नाल भी मजाक नहीं करीदा अगले दा दिल टुट जांदा लो जनाब माशाल्लाह वीडियो तुहानू असीं दिखाईए तो माशाल्लाह अच्छी लगे तो लाइक शेयर जरूर करे जे माशाल्लाह फिर तुहानू मुलाकात होगी जनाब अल्लाह हाफिज़ फी मान अल्लाह।